ਪਰਚੀ ਦੇ ਕੇ ਪਰਸੇ ਕਰਾ ਲਿਆ ਦਿਓ ਉਹ ਜਿਹੜੀ ਵੀ ਅਛਾਈ ਕਰਨਗੇ ਤੁਹਾਡੀ ਹਿੱਸੇਦਾਰੀ ਹੈ ਅੱਲਾ ਰੱਬੁਲ ਇੱਜ਼ਤ ਦੇ ਨਾਮ ਕਾਗਜ਼ਾਂ 'ਤੇ ਲਿਖਿਆ ਜਾਏਗਾ ਅਤੇ ਜਿੰਨੀ ਉਹ ਬੁਰਾਈ ਕਰਨਗੇ ਉਹਦੀ ਤੁਹਾਡੀ ਹਿੱਸੇਦਾਰੀ ਹੈ ਇੱਕ ਕਾਗਜ਼ ਦਾ ਟੁਕੜਾ ਨਹੀਂ ਹਿੱਸੇਦਾਰੀ 'ਚ ਜਿੰਨੇ ਜਰਾਇਮ ਹੋਣਗੇ ਜਿੰਨੀ ਅਛਾਈ ਫੈਲੇਗੀ ਅਤੇ ਆਪੀ ਫੈਸਲਾ ਕਰ ਲਓ ਹਜ਼ਾਰਾਂ ਬੱਚੀਆਂ ਰਹਿਤ ਹੁੰਦਾ ਹਜ਼ਾਰਾਂ ਇਨਸਾਨ ਕਤਲ ਹੁੰਦੇ ਨੇ ਚੋਰੀਆਂ ਡਾਕੇ ਸੁਨਾਹ ਹੁੰਦੇ ਨੇ ਅੱਲਾ ਦਾ ਕੁਰਾਨ ਕਹਿੰਦੇ ਅਸੀਂ ਹਿੱਸੇਦਾਰ ਹਾਂ ਅਗਰ ਅਸੀਂ ਇਹਨਾਂ ਦਾ ਸਾਥ ਦਿੰਦੇ ਹਾਂ ਜ਼ਾਲਮਾਂ ਦਾ ਤੁਸੀਂ ਦਿੰਦੇ ਅਤੇ ਆਓ ਇਹਨਾਂ ਜ਼ਾਲਮਾਂ ਦਾ ਸਾਥ ਦੇਣ ਤੋਂ ਬਚ ਜਾਈਏ ਇਹ ਵੋਟ ਦੀ ਪਰਚੀ ਨੂੰ ਨੀਤੀ ਜੇ ਜਿਹਨੇ ਕਬਰ ਦੀ ਕੰਧਾਂ ਤੱਕ ਜਾਣਾ ਜੇ ਹਸ਼ਰ ਦੇ ਮੈਦਾਨ 'ਚ ਜਾ ਕੇ ਗਵਾਹੀ ਦੇਣੀ ਜੇ ਅੱਲਾ ਪਾਕ ਜ਼ੁਬਾਨ ਬੰਦੀ ਲਾ ਦੇਗਾ ਇਹ ਹੱਥ ਗਵਾਹੀ ਦੇਣਗੇ ਜਿਹਨਾਂ ਹੱਥਾਂ ਨਾਲ ਅੰਗੂਠਾ ਲਾਇਆ ਹੋਇਆ ਜਾਂ ਅੱਲਾ ਸੀ ਅੰਗੂਠਾ ਲਾਇਆ ਸੀ ਤਰਾਜ਼ੂ 'ਤੇ ਲਾਇਆ ਸੀ ਜਾਂ ਸ਼ੇਰ 'ਤੇ ਲਾਇਆ ਸੀ ਜਾਂ ਬੈਟ 'ਤੇ ਲਾਇਆ ਸੀ ਇਹ ਆਪ ਹੀ ਗਵਾਹੀ ਦੇਗਾ ਤੁਸੀਂ ਖਮੋਸ਼ ਹੋ ਜਾਓਗੇ ਹੱਥਾਂ ਨੂੰ ਪੁੱਛਿਆ ਜਾਏਗਾ ਤੋ ਮੇਰੇ ਦੋਸਤੋ ਆਓ ਅੱਲਾ ਦੀ ਰਜ਼ਾ ਵਾਸਤੇ ਅੱਲਾ ਦੇ ਦੀਨ ਨੂੰ ਗਾਲਬ ਕਰਨ ਵਾਸਤੇ ਸਾਦਕ ਔਰ ਉਮੀਦ ਦਾ ਸਾਥ ਤੁਸੀਂ ਕਹੋ ਜੀ ਇਹ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਤੁਸੀਂ ਵੀ ਕਹਿੰਦੇ ਹੋ ਫਿਰ ਕੀ ਹੋਇਆ ਮੇਰੇ ਦੋਸਤੋ ਸਾਡਾ ਮਾਜ਼ੀ ਗਵਾਹ ਇਸ ਮੁਲਕ 'ਚ ਸਾਡੇ ਵੀ 100 ਤੋਂ ਜ਼ਿਆਦਾ ਐਮ ਐਨ ਐਮ ਪੀ ਬਣੇ ਕਿਸੇ ਇੱਕ ਬੰਦੇ ਨੇ 1 ਰੁਪਏ ਦੀ ਕਰਪਸ਼ਨ ਨਹੀਂ ਕੀਤੀ ਇਹ ਸੂਬਾ ਸਰਹੱਦ ਦੇ ਸਿਰਾਜੁਲ ਹੱਕ ਸਾਹਿਬ ਸੀਨੀਅਰ ਵਜ਼ੀਰ ਰਹੇ 2 ਟਿਨੋਰ ਗੁਜ਼ਾਰੇ ਨੇ 1 ਰੁਪਏ ਦੀ ਕਰਪਸ਼ਨ ਨਹੀਂ ਹੋਰ ਹੀ ਗੁਜ਼ਾਰੇ ਨੇ ਕਰਾਚੀ 'ਚ ਨਿਮਤੁੱਲਾ ਖਾਨ ਸਾਹਿਬ ਰਹੇ ਨੇ ਮੇਅਰ ਰਹੇ ਨੇ 6 ਅਰਬ ਦਾ ਬਜਟ ਸੀ 44 ਅਰਬ 'ਤੇ ਚਲਾ ਗਿਆ ਕਰਪਸ਼ਨ ਕਰਕੇ ਘਰੋਂ ਜਨਾਜ਼ਾ ਉਠਾਇਆ ਗਿਆ 250 ਜਾਂ 500 ਗਜ਼ ਦਾ ਮਕਾਨ ਸੀ ਤੁਹਾਡੇ ਵਾਸਤੇ ਨਾ ਮਾਫੀ ਕਰੀ ਅਗਰ ਸਾਦਕ ਔਰ ਅਮੀਨ ਕਿਆਦਤ ਚਾਹੀਦੀ ਹੈ ਅਗਰ ਅੱਲਾਹ ਉਹਦੇ ਰਸੂਲ ਨਾਲ ਵਫਾ ਕਰਨ ਲਈ ਕਿਆਦਤ ਚਾਹੀਦੀ ਉਹ ਜਮਾਤ ਸਲਾਮੀ ਕਰੇ ਫੈਸਲਾ ਤੁਸੀਂ ਕਰਨਾ ਹੈ ਇਹ ਤੁਹਾਡੇ ਇਮਾਨ ਦਾ ਵੀ ਇਮਤਿਹਾਨ ਹੈ 2017 'ਚ ਪਾਕਿਸਤਾਨ ਮੁਸਲਿਮ ਲੀਗ ਨੂਨ ਦੀ ਹਕੂਮਤ ਸੀ ਮੋਹਤਰਮ ਨਵਾਜ਼ ਸ਼ਰੀਫ ਸਾਹਿਬ ਪ੍ਰਾਈਮ ਮਿਨਿਸਟਰ ਸਨ ਇੱਕ ਇਲੈਕਸ਼ਨ ਐਕਟ 'ਚ ਤਰਮੀਮ ਕਰਨ ਵਾਸਤੇ